ਬਹੁਤ ਜਣੇ ਆਉਂਦੇ ਨੇ ਤੇ ਉਹ ਪੁੱਛਦੇ ਨੇ ਕਹਿੰਦੇ ਨੇ ਕਿ ਤੁਸੀਂ ਕਿਹਨੂੰ ਸਪੋਰਟ ਕਰੋਗੇ ਭਾਜਪਾ ਨੂੰ ਸਪੋਰਟ ਕਰੋਗੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰੋਗੇ ਕਾਂਗਰਸ ਨੂੰ ਸਪੋਰਟ ਕਰੋਗੇ ਕਿਹਨੂੰ ਸਪੋਰਟ ਕਰੋਗੇ ਕਿ ਹੁਣ ਲੋਕ ਸਭਾ ਦੀਆਂ ਚੋਣਾਂ ਨੇੜੇ ਨੇ ਤੇ ਮੈਂ ਉਹਨਾਂ ਨੂੰ ਇੱਕੋ ਹੀ ਜਵਾਬ ਦੇਣਾ ਜਿਹੜਾ ਗੁਰੂ ਅੰਗਦ ਦੇਵ ਸੱਚ ਪਾਤਸ਼ਾਹ ਜੀ ਨੇ ਬਹੁਤ ਸੁੰਦਰ ਫਰਮਾਨ ਕੀਤਾ ਕਹਿੰਦੇ ਕਿ ਕਿਸੇ ਹੀ ਧੜਾ ਕੀਆ ਮਿੱਤਰ ਸੁਤ ਨਾਲੇ ਭਾਈ ਕਿਸੇ ਹੀ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ ਕਿਸੇ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੈ ਸਵਾਈ ਹਮਰਾ ਧੜਾ ਹਾਰੀ ਰਹਿਆ ਸਮਾਈ ਹਮ ਹਾਰ ਸਿਓ ਧੜਾ ਕੀਆ ਮੇਰੀ ਹਾਰ ਟੇਕ ਮੈਂ ਹਰ ਬਿਨ ਪਖ ਧੜਾ ਅਵਰ ਨਾ ਕੋਈ ਹਾਉ ਹਾਰੀ ਗੁਣ गावा ਅਸੰਖ ਅਨੇਕ ਸਚਪਾਤ ਸ਼ਾਹੀ ਕਹਿੰਦੇ ਕਿ ਕਿਸੇ ਨੇ ਮਿੱਤਰਾਂ ਦੇ ਨਾਲ ਧੜਾ ਕੀਤਾ ਕਿਸੇ ਨੇ ਸੁੱਤ ਭਾਵ ਪੁੱਤਰ ਦੇ ਨਾਲ ਕਿਸੇ ਨੇ ਭਰਾਵਾਂ ਦਾ ਕਿਸੇ ਨੇ ਕੁੜਮਾਂ ਦਾ ਕਿਸੇ ਨੇ ਜਵਾਈਆਂ ਨਾਲ ਕਿਸੇ ਨੇ ਸਰਦਾਰਾਂ ਨਾਲ ਚੌਧਰੀਆਂ ਨਾਲ ਆਪਣੇ ਸਵਾਰਥ ਦੇ ਲਈ ਤੇ ਪਰ ਸਾਡਾ ਜਿਹੜਾ ਧੜਾ ਹੈ ਉਹ ਅਕਾਲ ਪੁਰਖ ਦੇ ਨਾਲ ਧੜਾ ਹੈ ਕਿਉਂਕਿ ਉਹ ਦੇ ਉੱਤੇ ਹੀ ਸਾਡਾ ਆਸਰਾ ਹੈ ਉਹੀ ਸਾਡਾ ਆਧਾਰ ਹੈ ਉਹੀ ਸਾਡੀ ਟੇਕ ਹੈ ਉਹਦੇ ਤੋਂ ਬਿਨਾ ਸਾਡਾ ਕੋਈ ਪੱਖ ਨਹੀਂਗਾ ਅਸੀਂ ਸਿਰਫ ਉਹਨੂੰ ਸਪੋਰਟ ਕਰਦੇ ਆ ਕਿਉਂਕਿ ਮੈਂ ਉਹਦੇ ਹੀ ਗੁਣ ਗਾਉਣਾ ਸਚਪਾਤਸ਼ਾ ਜੀ ਅੱਗੇ ਹੁਕਮ ਕਰਦੇ ਨੇ ਕਿਉਂਕਿ ਜਿਨਸੇ ਉਹ ਧੜੇ ਕਰਾ ਹੈ ਸੇ ਜਾਹੇ ਜਿਨ੍ਹਾਂ ਦੇ ਨਾਲ ਅਸੀਂ ਧੜੇ ਬਣਾਉਨੇ ਆ ਇਹਨਾਂ ਨੇ ਹਮੇਸ਼ਾ ਨਹੀਂ ਇਸ ਦੁਨੀਆ ਤੇ ਰਹਿਣਾ ਝੂਠ ਧੜੇ ਕਰ ਪਛੋਤਾ ਹੈ ਤੇ ਇਹ ਝੂਠੇ ਧੜੇ ਨੇ ਜੇ ਇਹਨਾਂ ਨੂੰ ਆਪਣਾ ਧੜਾ ਬਣਾ ਲਾਂਗੇ ਤੇ ਫੇਰ ਪਛਤਾਵੇ ਦੇ ਵਿੱਚ ਸਾਨੂੰ ਪੈਣਾ ਪਏਗਾ ਫਿਰ ਨਾ ਰਹਾ ਹੈ ਮਨਖੋਟ ਕਮਾਹ ਇਹ ਹਮੇਸ਼ਾ ਨਹੀਂ ਰਹਿਣ ਵਾਲੇ ਧੋਖਾ ਕਰਦੇ ਆਂ ਅਸੀਂ ਅਸਲ ਦੇ ਵਿੱਚ ਕਹਿੰਦੇ ਹਮ ਹਰਿਸ਼ਿਓ ਧੜਾ ਕੀਆ ਜਿਸਕਾ ਕੋਈ ਸਮਰੱਥ ਨਾ ਹੈ ਮੈਂ ਇਸ ਕਰਕੇ ਉਸ ਅਕਾਲਪੁਰਖ ਦਾ ਧੜਾ ਕੀਤਾ ਉਹਨੂੰ ਸਪੋਰਟ ਮੈਂ ਕਰਦਾ ਜਿਹਦਾ ਸਮਰੱਥ ਜਿਹਦੇ ਵਰਗਾ ਕੋਈ ਵੀ ਨਹੀਂ ਗਾ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਚਲਾਉਂਦਾ ਸਚਪਾਸ਼ਾ ਜੀ ਅੱਗੇ ਜਾ ਕੇ ਕਹਿੰਦੇ ਨੇ ਅਸਲ ਦੇ ਵਿੱਚ ਕਾਰਨ ਇਹ ਹੈ ਕਿ ਇਹ ਦੁਨਿਆਵੀ ਜਿੰਨੇ ਵੀ ਅਸੀਂ ਪੱਖ ਕਰਦੇ ਆਂ ਧੜੇ ਬਣਾਉਨੇ ਆ ਇਹ ਸਭ ਧੜੇ ਮਾਇਆ ਮੋਹ ਪਸਾਰੀ ਇਹ ਪੈਸੇ ਦੇ ਲਈ ਨੇ ਮਾਇਆ ਕਉ ਲੁਜਹਿ ਗਾਵਾਰੀ ਪੈਸੇ ਦੇ ਲਈ ਕਹਿੰਦੇ ਕਿ ਇਹ ਸਾਰੇ ਲੁਜਦੇ ਨੇ ਭਾਵ ਦੁਖੀ ਹੁੰਦੇ ਨੇ ਗਵਾਰ ਭਾਵ ਮੂਰਖ ਨੇ ਫਿਰ ਕਹਿੰਦੇ ਕਿ ਜਨਮ ਮਰ ਹੈ ਜੂ ਐ ਬਾਜੀ ਹਾਰੀ ਹਮਰਾ ਹਾਰੀ ਧੜਾ ਜੇ ਹਲਤ ਪਲਤ ਸਭ ਸਵਾਰੀ ਸਚ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰਾ ਜਿਹੜਾ ਧੜਾ ਹੈ ਨਾ ਉਹ ਇਸ ਤਰ੍ਹਾਂ ਦਾ ਹੈ ਜੇ ਇਥੇ ਜੱਜੇ ਨੂੰ ਸਿਹਾਰੀ ਹੈ ਇਹਦਾ ਭਾਵ ਬਹੁਤ ਵਾਰੀ ਗੁਰਬਾਣੀ 'ਚ ਪਾਠ ਆਉਂਦਾ ਇਹਦਾ ਭਾਵ ਹੁੰਦਾ ਕਿ ਜਿਹੜਾ ਸਚ ਪਾਤਸ਼ਾਹ ਜੀ ਕਹਿੰਦੇ ਜਿਹੜਾ ਧੜਾ ਮੈਂ ਕੀਤਾ ਹੈ ਨਾ ਉਹ ਹਲਤ ਭਾਵ ਇਸ ਦੁਨੀਆ ਨੂੰ ਪਲਤ ਭਾਵ ਅਗਲੀ ਦੁਨੀਆ ਜਿੱਥੇ ਅਸੀਂ ਜਾਣਾ ਉਹਦਾ ਸਾਰਾ ਦਾ ਸਾਰਾ ਉਹ ਮੇਰਾ ਸੌਰ ਜਾਏਗਾ ਕਿਉਂਕਿ ਮੈਂ ਧੜਾ ਉਹਦਾ ਬਣਾਇਆ ਮੈਂ ਉਹਨੂੰ ਧੜਾ ਆਪਣਾ ਬਣਾਇਆ ਕਿ ਜਿਹੜਾ ਅਕਾਲਪੁਰਖ ਇਸ ਸ੍ਰਿਸ਼ਟੀ ਨੂੰ ਸਾਜਦਾ ਹੈ ਜਿਹੜਾ ਅੱਗੇ ਜਾ ਕੇ ਵੀ ਮੇਰੇ ਨਾਲ ਮੇਰੀ ਸਹਾਇਤਾ ਕਰੇਗਾ ਅਖੀਰ ਦੇ ਵਿੱਚ ਫਿਰ ਅੱਗੇ ਜਾ ਕੇ ਸਚਪਾਤਸ਼ਾ ਜੀ ਹੁਕਮ ਕਰਦੇ ਨੇ ਕਿ ਜੈਸਾ ਬੀਜ ਹੈ ਤੈਸਾ ਖਾਵੈ ਜਨ ਨਾਨਕ ਕਾ ਹਰ ਧੜਾ ਧਰਮ ਕਿ ਅਸੀਂ ਧਰਮ ਨੂੰ ਆਪਣਾ ਧੜਾ ਬਣਾਇਆ ਹੋਰ ਕਿਸੇ ਧੜੇ ਨੂੰ ਅਸੀਂ ਸਪੋਰਟ ਨਹੀਂ ਕਰਦੇ ਕਿਉਂਕਿ ਸਭ ਸ੍ਰਿਸ਼ਟੀ ਜਿਹਨੇ ਆਵੇ ਜਿਣ ਹੁੰਦਾ ਜਿੱਤਣਾ ਜ ਜੇ ਨੂੰ ਸਿਆਰੀ ਜਣਾ ਨੇ ਨੂੰ ਸਿਆਰੀ ਇਹ ਬਹੁਤ ਵਾਰੀ ਪਾਠ ਹੁੰਦਾ ਜਿਣ ਭਾਵ ਜਿੱਤਣਾ ਸੱਚ ਪਾਸ਼ਾ ਜੀ ਹੁਕਮ ਕਰਦੇ ਕਿ ਸਾਰੀ ਸ੍ਰਿਸ਼ਟੀ ਨੂੰ ਅਸੀਂ ਜਿੱਤ ਲਿਆ ਕਿਉਂਕਿ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਅਸੀਂ ਉਹਦਾ ਪੱਖ ਕਰਦੇ ਆ ਅਸੀਂ ਉਹਦਾ ਧੜਾ ਆ ਅਸੀਂ ਉਹਦੇ ਧੜੇ ਦੇ ਵਿੱਚ ਆਉਨੇ ਆ